ਔਰ ਸਿੱਖਸ ਆਫ ਅਮੈਰੀਕਾ ਨਾਮ ਦੀ ਇੱਕ ਜਥੇਬੰਦੀ ਜੋ ਕਿ USA ਤੋਂ ਹੈ, ਅਮੈਰੀਕਾ ਤੋਂ ਹੈ, ਉਹ ਜਥੇਬੰਦੀ ਇੰਡੀਆ ਦੇ ਵਿੱਚ ਆ ਕੇ ਕਿਸਾਨੀ ਅੰਦੋਲਨ ਦਾ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਉਸਦਾ ਦਰਦ ਰੱਖਦੇ ਹੋਏ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਵੀ ਮੁਲਾਕਾਤ ਕਰ ਰਹੀ ਹੈ। ਰੀਸੈਂਟਲੀ ਉਹਨਾਂ ਦੀ ਮੀਟਿੰਗ ਰਾਜਨਾਥ ਸਿੰਘ ਜਿਹੜੇ ਨੇ ਭਾਰਤ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦੇ ਨਾਲ ਹੋਈ ਹੈ। ਕੀ ਲੱਗਦਾ ਕਿਉਂ ਐਸੀ ਖਿੱਚ ਪਈ ਕਿ ਤੁਹਾਨੂੰ ਕਿਸਾਨੀ ਮੁੱਦੇ ਨੂੰ ਲੈ ਕੇ ਭਾਰਤ ਦੇ ਵਿੱਚ ਆਉਣਾ ਪਿਆ? ਪਹਿਲੀ ਗੱਲ ਤਾਂ ਮੈਂ ਕਲੀਅਰ ਕਰਾਂਗਾ ਕਿ ਆਪਾਂ ਕਿਸਾਨੀ ਮੁੱਦੇ ਨੂੰ ਸਿੱਖ ਮੁੱਦਾ ਨਾ ਕਦੇ ਵੀ ਸੋਚੀਏ, ਕਿਸਾਨਾਂ ਦਾ ਮੁੱਦਾ ਹੈ। ਹਾਂ, ਉਹ ਗੱਲ ਵੱਖਰੀ ਕਿ ਪੰਜਾਬ ਇੱਕ ਕ੍ਰਿਸ਼ੀ ਪ੍ਰਧਾਨ ਸਟੇਟ ਹੈ ਔਰ ਬਿਲਕੁਲ ਅਸੀਂ ਕਿਸਾਨ ਦੁਨੀਆਂ ਵਿੱਚ ਕਿਧਰੇ ਵੀ ਹੋਏ ਹਰ ਕਿਸੇ ਨੂੰ ਦਰਦ ਹੈ ਔਰ ਇਹੀ ਦਰਦ ਜਿਹੜਾ ਮੈਂ ਸਾਡੀ ਮੀਟਿੰਗ ਵਿੱਚ ਅਸੀਂ ਰਾਜਨਾਥ ਸਿੰਘ ਜੀ ਨਾਲ ਹੋਈ ਹੈ ਉਹਦੇ 'ਚ ਉਹਨਾਂ ਵੱਲੋਂ ਵੀ ਇਹ ਕਿਸਾਨਾਂ ਵੱਲ ਦਰਦ ਵੇਖਿਆ ਗਿਆ। ਕਿਸ ਤਰੀਕੇ ਦੀ ਗੱਲਾਂ ਬਾਤਾਂ ਹੋਈਆਂ ਤੁਹਾਡੇ ਵੱਲੋਂ? ਕੀ ਤੱਥ ਰੱਖੇ ਗਏ ਸਰਕਾਰ ਵੱਲੋਂ? ਕੀ ਗੱਲਾਂ ਬਾਤਾਂ? ਰਿਕੁਐਸਟ ਇਹੀ ਸੀ ਗਵਰਨਮੈਂਟ ਨੂੰ ਕਿ ਪੀਸਫੁਲ ਤਰੀਕੇ ਨਾਲ ਮੰਗਾਂ ਮੰਨੀਆਂ ਜਾਣ ਔਰ ਜੋ ਵੀ ਕਿਸਾਨਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਮੰਨਿਆ ਜਾਏ, ਜਿਹੜੀਆਂ ਜਾਇਜ਼ ਮੰਗਾਂ ਨੇ, ਪਰ ਪੀਸਫੁਲ ਤਰੀਕੇ ਨਾਲ, ਵਾਇਲੈਂਸ ਨਾ ਹੋਏ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨਾਂ ਨੂੰ ਕਿਸੇ ਵੀ ਜਾਨ ਜਾਂ ਮਾਲ ਦਾ ਨੁਕਸਾਨ ਹੋਏ। ਰਾਜਨਾਥ ਜੀ ਜਿਹੜੇ ਹੈ ਨੇ ਉਹ ਬੜੇ ਸਿੱਖਾਂ ਨਾਲ ਉਹਨਾਂ ਦਾ ਇੱਕ ਰਿਲੇਸ਼ਨਸ਼ਿਪ ਵੀ ਰਿਹਾ ਕਿ ਉਹਨਾਂ ਨੇ ਵੀ ਕਿਹਾ ਸੀ, ਪੂਰਾ ਭਰੋਸਾ ਦਿੱਤਾ ਕਿ ਬਿਲਕੁਲ ਪੀਸਫੁਲ ਤਰੀਕੇ ਨਾਲ ਹੀ ਇਹ ਹੱਲ, ਟੇਬਲ ਟਾਕਸ ਦੇ ਨਾਲ ਹੀ ਹੱਲ, ਮਸਲਾ ਹੱਲ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਆਪ ਜੀ ਦੇ ਦਾਸ ਗੁਰਪ੍ਰੀਤ ਸਿੰਘ। ਕੋਸ਼ਿਸ਼ ਕਰੀਦੀ ਹੈ ਕਿ ਕੁਛ ਇਹੋ ਜਿਹੀ ਅਜ਼ੀਜ਼ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਈਏ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਕਿ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਜੋ ਕਿ ਐਕਟੀਵਿਟੀਜ਼ ਕਰਦੀ ਹੈ, ਰੂਬਰੂ ਹੁੰਦੀ ਹੈ ਔਰ ਅੱਗੇ ਸਰਕਾਰਾਂ ਦੇ ਨਾਲ ਜਾਂ ਜਥੇਬੰਦੀਆਂ ਦੇ ਨਾਲ ਰਾਬਤਾ ਕਰਦੀ ਹੈ। ਅੱਜ ਵੀ ਅਸੀਂ ਗੱਲਬਾਤ ਕਰਾਂਗੇ ਕਿ ਇੰਡੀਆ ਦੇ ਵਿੱਚ ਆਏ ਹੋਏ ਇੱਕ ਐਸੇ ਵਫਦ ਦੇ ਨਾਲ ਜੋ ਕਿ NRI ਨੇ ਔਰ ਸਿੱਖਸ ਆਫ ਅਮੈਰੀਕਾ ਨਾਮ ਦੀ ਇੱਕ ਜਥੇਬੰਦੀ ਜੋ ਕਿ USA ਤੋਂ ਹੈ, ਅਮੈਰੀਕਾ ਤੋਂ ਹੈ, ਔਰ ਉਹ ਜਥੇਬੰਦੀ ਇੰਡੀਆ ਦੇ ਵਿੱਚ ਆ ਕੇ ਕਿਸਾਨੀ ਅੰਦੋਲਨ ਦਾ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਉਸਦਾ ਦਰਦ ਰੱਖਦੇ ਹੋਏ ਭਾਰਤ ਦੇ ਵਿੱਚ ਆ ਕੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਵੀ ਮੁਲਾਕਾਤ ਕਰ ਰਹੀ ਹੈ। ਸੋ ਅਮੈਰੀਕਾ ਤੋਂ ਸਾਡੇ ਨਾਲ ਇੱਕ ਸਿੱਖ ਬਿਜ਼ਨਸਮੈਨ ਨੇ, ਜਸਦੀਪ ਸਿੰਘ ਜੈਸੀ, ਜੋ ਕਿ ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਨੇ, ਉਹ ਜੁੜੇ ਹੋਏ ਆ। ਅਸੀਂ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਗੁਰਫਤਿਹ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚੋਂ ਪਹੁੰਚੇ ਨੇ ਆਪਣੀ ਜਥੇਬੰਦੀ ਦੇ ਨਾਲ, ਹੋਰ ਕਿਸਾਨੀ ਅੰਦੋਲਨ ਦੇ ਮੁੱਦੇ ਨੂੰ ਕਿਸ ਤਰੀਕੇ ਰਿਜ਼ੋਲਵ ਕੀਤਾ ਜਾਏ, ਸਰਕਾਰਾਂ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ। ਰੀਸੈਂਟਲੀ ਉਹਨਾਂ ਦੀ ਮੀਟਿੰਗ ਰਾਜਨਾਥ ਸਿੰਘ ਜਿਹੜੇ ਨੇ ਭਾਰਤ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦੇ ਨਾਲ ਹੋਈ ਹੈ। ਆਪਾਂ ਸਾਰੀ ਗੱਲਬਾਤ ਕਰਾਂਗੇ, ਪੜਚੋਲ ਕਰਾਂਗੇ। ਸਭ ਤੋਂ ਪਹਿਲੇ ਆਪਾਂ ਇਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਮੈਰੀਕਾ ਦੇ ਵਿੱਚ ਬਿਜ਼ਨਸਮੈਨ ਨੇ ਔਰ ਉੱਥੇ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਆਉਂਦੇ ਆ ਤਾਂ ਉੱਥੇ ਵੀ ਕਈ ਮੰਗ ਪੱਤਰ ਉਹਨਾਂ ਨੇ ਆਪਣੇ ਮੈਮੋਰੈਂਡਮਸ ਜਿਹੜੇ ਹੈਗੇ ਉਹਨਾਂ ਨੂੰ ਦਿੱਤੇ ਆ। ਡੋਨਾਲਡ ਟਰੰਪ ਦੇ ਨਾਲ ਕਈ ਤਸਵੀਰਾਂ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ। ਆਓ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਦੇ ਵਿੱਚ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਜੀ। ਔਰ ਇਹ ਜੋ ਤੁਹਾਡੀ ਫੇਰੀ ਰਹੀ ਹੈ ਇਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲੇ ਤੁਹਾਡੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿੰਨੇ ਚਿਰ ਤੋਂ ਤੁਸੀਂ ਅਮੈਰੀਕਾ ਦੇ ਵਿੱਚ ਹੈਗੇ ਹੋ, ਹੋਰ ਜੋ ਸਿੱਖਸ ਆਫ ਅਮੈਰੀਕਾ ਦੀ ਜੋ ਹੈ ਜੋ ਐਕਟੀਵਿਟੀਜ਼ ਨੂੰ ਤੁਸੀਂ ਕਿੰਨੇ ਤਰੀਕੇ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ ਜੀ? ਬਿਲਕੁਲ ਜੀ, ਮੇਰਾ ਨਾਮ ਜਸਦੀਪ ਸਿੰਘ ਜੈਸੀ, ਚੇਅਰਮੈਨ ਸਿੱਖਸ ਆਫ ਅਮੈਰੀਕਾ। ਮੈਂ ਮੈਰੀਲੈਂਡ ਅਮੈਰੀਕਾ ਵਿੱਚ ਅਸੀਂ ਪਿਛਲੇ 30-35 ਸਾਲ ਤੋਂ ਉੱਥੇ ਹੀ ਹਾਂ ਔਰ ਸਿੱਖੀ ਨਾਲ, ਭਾਰਤ ਨਾਲ, ਪੰਜਾਬ ਨਾਲ ਅਸੀਂ ਜੁੜੇ ਹੋਏ ਹਾਂ ਔਰ ਸਿੱਖਸ ਆਫ ਅਮੈਰੀਕਾ ਜਿਹੜੀ ਸਾਡੀ ਸੰਸਥਾ ਹੈ ਇਹਦਾ ਮੇਨ ਗੋਲ ਇਹ ਹੈ ਕਿ ਜਿਹੜੇ ਖਾਸ ਕਰ ਅਮੈਰੀਕਾ ਵਿੱਚ ਜਿਹੜੇ ਸਿੱਖ ਪਿਛਲੇ 100-150 ਸਾਲ ਤੋਂ ਉੱਥੇ ਸਿੱਖ ਰਹਿ ਰਹੇ ਨੇ
ਔਰ ਜਿਹੜਾ ਉਹਨਾਂ ਦਾ ਯੋਗਦਾਨ ਹੈ ਅਮੈਰੀਕਾ ਦੀ ਸੁਸਾਇਟੀ ਵਿੱਚ ਉਹਨੂੰ ਹਾਈਲਾਈਟ ਕਰਨਾ। ਅੱਜ ਸਿੱਖ ਉੱਥੇ ਡਾਕਟਰਸ ਨੇ, ਸਿੱਖ ਉੱਥੇ ਅੱਜ ਟਰਾਂਸਪੋਰਟੇਸ਼ਨ ਬਿਜ਼ਨਸ ਵਿੱਚ ਨੇ, ਸਿੱਖ ਉੱਥੇ ਸਮਾਲ ਬਿਜ਼ਨਸਿਸ ਨੇ, ਸਿੱਖ US ਆਰਮੀ ਵਿੱਚ ਨੇ ਔਰ ਐਜੂਕੇਸ਼ਨ ਦੀ ਫੀਲਡ ਵਿੱਚ ਨੇ। ਹਰ ਅਦਾਰੇ ਵਿੱਚ ਸਿੱਖਾਂ ਨੇ ਉੱਥੇ ਬਹੁਤ ਵੱਡੀ ਆਪਣੀ ਭੂਮਿਕਾ ਨਿਭਾਈ ਹੈ ਅਮੈਰੀਕਾ ਦੀ ਤਰੱਕੀ ਵਿੱਚ। ਔਰ ਅਸੀਂ ਅਮੈਰੀਕਾ ਦੀ ਮੇਨ ਸਟ੍ਰੀਮ ਸੁਸਾਇਟੀ ਨੂੰ ਉੱਥੇ ਇਹ ਦੱਸਦੇ ਹਾਂ ਕਿ ਸਿੱਖ ਜਿਹੜੇ ਨੇ ਉਹ ਅਮੈਰੀਕਾ ਦਾ ਇੱਕ ਹਿੱਸਾ ਨੇ ਔਰ ਬਹੁਤ ਵੱਡਾ ਅਮੈਰੀਕਾ ਦੀ ਤਰੱਕੀ ਵਿੱਚ ਸਿੱਖਾਂ ਦਾ ਵੀ ਯੋਗਦਾਨ ਹੈ। ਔਰ ਅਸੀਂ ਉੱਥੇ ਜੇ ਸਾਡੇ ਸਿੱਖਾਂ ਨੂੰ ਕੋਈ ਇਸ਼ੂਜ਼ ਉੱਠਦੇ ਨੇ ਤਾਂ ਅਸੀਂ ਗਵਰਨਮੈਂਟ ਦੇ ਹਾਈਐਸਟ ਲੈਵਲ 'ਤੇ ਜਾ ਕੇ ਉਹਨਾਂ ਦਾ ਸਮਾਧਾਨ ਕਰਦੇ ਹਾਂ। ਅਸੀਂ ਭਾਰਤ ਨਾਲ ਵੀ ਉੱਥੇ ਇੰਡੋ US ਰਿਲੇਸ਼ਨਸ਼ਿਪਸ ਸਟਰੋਂਗ ਕਰਨ ਦੀ ਉੱਥੇ ਪੂਰੀ ਕੋਸ਼ਿਸ਼ ਕਰਦੇ ਹਾਂ, ਪੰਜਾਬ ਦੇ ਨਾਲ ਰਿਲੇਸ਼ਨਸ਼ਿਪ ਪੂਰੀ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇੱਕ ਵੱਡੀ ਸੰਸਥਾ ਸਾਡੀ ਉੱਥੇ ਨਿਊਯਾਰਕ ਚੈਪਟਰ ਹੈ ਸਾਡਾ, ਹਿਊਸਟਨ ਚੈਪਟਰ ਹੈ ਸਾਡਾ, ਕੈਲੀਫੋਰਨੀਆ ਚੈਪਟਰ ਹੈ। ਔਰ ਇਹ ਸੰਸਥਾ ਹੁਣ ਅਸੀਂ ਇੰਡੀਆ ਵਿੱਚ ਆਏ ਹੋਏ ਹਾਂ ਸਿੱਖ ਮੁੱਦਿਆਂ 'ਤੇ ਔਰ ਹੋਰ ਇਸ਼ੂਜ਼ 'ਤੇ ਇੱਥੇ ਮਿਲ ਰਹੇ ਹਾਂ ਲੋਕਾਂ ਨੂੰ ਔਰ ਬੜਾ ਹੀ ਅੱਛਾ ਲੱਗ ਰਿਹਾ ਭਾਰਤ ਵਿੱਚ ਆ ਕੇ। ਠੀਕ ਹੈ, ਸੋ ਕੀ ਕਹਿਣਾ ਚਾਹੋਗੇ, ਤਕਰੀਬਨ ਇਹ ਤੁਹਾਡੀ ਜਿਹੜੀ ਫੇਰੀ ਹੈ, ਤੁਸੀਂ ਇਸ ਨੂੰ ਖਾਸ ਜੋ ਕਿ ਕਿਸਾਨੀ ਮੁੱਦੇ ਨੂੰ ਡੈਡੀਕੇਟਿਡ ਕਰਦੇ ਹੈਗੇ ਹੋ, ਕੀ ਲੱਗਦਾ ਕਿਉਂ ਐਸੀ ਖਿੱਚ ਪਈ ਕਿ ਤੁਹਾਨੂੰ ਕਿਸਾਨੀ ਮੁੱਦੇ ਨੂੰ ਲੈ ਕੇ ਭਾਰਤ ਦੇ ਵਿੱਚ ਆਉਣਾ ਪਿਆ? ਦੇਖੋ, ਪਹਿਲੀ ਗੱਲ ਤਾਂ ਮੈਂ ਕਲੀਅਰ ਕਰਾਂਗਾ ਕਿ ਆਪਾਂ ਕਿਸਾਨੀ ਮੁੱਦੇ ਨੂੰ ਸਿੱਖ ਮੁੱਦਾ ਨਾ ਕਦੇ ਵੀ ਸੋਚੀਏ, ਕਿਸਾਨਾਂ ਦਾ ਮੁੱਦਾ ਹੈ। ਹਾਂ, ਉਹ ਗੱਲ ਵੱਖਰੀ ਕਿ ਪੰਜਾਬ ਇੱਕ ਕ੍ਰਿਸ਼ੀ ਪ੍ਰਧਾਨ ਸਟੇਟ ਹੈ ਔਰ ਸਾਡੇ ਸਿੱਖ ਭਰਾ ਕਾਫੀ ਕਿਸਾਨੀ ਵਿੱਚ ਨੇ ਔਰ ਬਿਲਕੁਲ ਅਸੀਂ ਕਿਸਾਨ ਦੁਨੀਆ 'ਚ ਕਿਧਰੇ ਵੀ ਹੋਏ ਹਰ ਕਿਸੇ ਨੂੰ ਦਰਦ ਹੈ। ਔਰ ਇਹੀ ਦਰਦ ਜਿਹੜਾ ਮੈਂ ਸਾਡੀ ਮੀਟਿੰਗ ਵਿੱਚ ਅਸੀਂ ਰਾਜਨਾਥ ਸਿੰਘ ਜੀ ਨਾਲ ਹੋਈ ਹੈ, ਉਹਦੇ 'ਚ ਉਹਨਾਂ ਵੱਲੋਂ ਵੀ ਇਹ ਕਿਸਾਨਾਂ ਵੱਲ ਦਰਦ ਵੇਖਿਆ ਗਿਆ ਹੈ। ਔਰ ਅਸੀਂ ਪੂਰਾ ਇਹ ਹੋਪ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਸਲਾ ਜਿਹੜਾ ਹੱਲ ਹੋਏਗਾ, ਪਰ ਇਹ ਹੋਣਾ ਬਿਲਕੁਲ ਪੀਸਫੁਲ ਤਰੀਕੇ ਨਾਲ ਚਾਹੀਦਾ, ਇਹਦੇ ਵਿੱਚ ਵਾਇਲੈਂਸ ਨਹੀਂ ਹੋਣੀ ਚਾਹੀਦੀ ਔਰ ਇਹ ਬਿਲਕੁਲ ਪੀਸਫੁਲ ਤਰੀਕੇ ਨਾਲ ਜਿੰਨਾ ਕੁ ਜਲਦੀ ਹੋ ਸਕੇ ਇਹ ਮਸਲਾ ਹੱਲ ਹੋਣਾ ਚਾਹੀਦਾ। ਤੁਸੀਂ ਮੁਲਾਕਾਤ ਕੀਤੀ, ਕਿਸ ਤਰੀਕੇ ਦੀ ਗੱਲਾਂ ਬਾਤਾਂ ਹੋਈਆਂ, ਤੁਹਾਡੇ ਵੱਲੋਂ ਕੀ ਤੱਥ ਰੱਖੇ ਗਏ, ਸਰਕਾਰ ਵੱਲੋਂ ਕੀ ਗੱਲਾਂ ਬਾਤਾਂ ਆਈ? ਕਿਉਂਕਿ ਮੀਟਿੰਗ ਜੋ ਹੈ, ਰਿਕੁਐਸਟ ਇਹੀ ਸੀ ਗਵਰਨਮੈਂਟ ਨੂੰ ਕਿ ਪੀਸਫੁਲ ਤਰੀਕੇ ਨਾਲ ਮੰਗਾਂ ਮੰਨੀਆਂ ਜਾਣ ਔਰ ਜੋ ਵੀ ਕਿਸਾਨਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਮੰਨਿਆ ਜਾਏ, ਜਿਹੜੀਆਂ ਜਾਇਜ਼ ਮੰਗਾਂ ਨੇ, ਪਰ ਪੀਸਫੁਲ ਤਰੀਕੇ ਨਾਲ, ਵਾਇਲੈਂਸ ਨਾ ਹੋਏ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨਾਂ ਨੂੰ ਕਿਸੇ ਵੀ ਜਾਨ ਜਾਂ ਮਾਲ ਦਾ ਨੁਕਸਾਨ ਹੋਏ ਔਰ ਉਹਨਾਂ ਵੱਲੋਂ ਵੀ ਸਾਨੂੰ ਇਹੀ ਆਸ਼ਵਾਸਨ ਸੀ ਕਿ ਬਿਲਕੁਲ ਸਰਕਾਰ ਵੀ ਇਹੀ ਚਾਹੁੰਦੀ ਹੈ ਔਰ ਖਾਸ ਕਰ ਰਾਜਨਾਥ ਜੀ ਜਿਹੜੇ ਹੈ ਨੇ ਉਹ ਬੜੇ ਸਿੱਖਾਂ ਨਾਲ ਉਹਨਾਂ ਦਾ ਇੱਕ ਰਿਲੇਸ਼ਨਸ਼ਿਪ ਵੀ ਰਿਹਾ ਹੈ ਅਤੇ ਉਹਨਾਂ ਨੇ ਵੀ ਕਿਹਾ ਸੀ, ਪੂਰਾ ਭਰੋਸਾ ਦਿੱਤਾ ਕਿ ਬਿਲਕੁਲ ਪੀਸਫੁਲ ਤਰੀਕੇ ਨਾਲ ਹੀ ਇਹ ਹੱਲ, ਟੇਬਲ ਟਾਕਸ ਦੇ ਨਾਲ ਹੀ ਹੱਲ, ਮਸਲਾ ਹੱਲ ਹੋਏ। ਕੀ ਤਾਂ ਮੰਨਦੇ ਹੋ ਕਿ ਬੜਾ ਇੱਕ ਟ੍ਰੈਜਿਕ ਜਿਹਾ ਮਾਹੌਲ ਬਣਿਆ ਹੋਇਆ, ਮਤਲਬ ਇੱਕ ਇੱਦਾਂ ਲੱਗਦਾ ਕਿ ਸ਼ਾਇਦ ਕਿਤੇ ਕੋਈ ਸਿਵਲ ਵਾਰ ਚੱਲ ਰਹੀ ਹੈ ਜਾਂ ਕੋਈ ਜੰਗ ਲੱਗੀ ਹੋਈ ਹੈ, ਉਸ ਤਰੀਕੇ ਦੇ ਮਾਹੌਲ ਉੱਥੇ ਬਣੇ ਹੋਏ ਆ? ਮਾਹੌਲ ਨਹੀਂ ਲੱਗ ਰਿਹਾ। ਦੇਖੋ, ਮੈਂ ਪੂਰੇ ਭਾਰਤ 'ਚ ਘੁੰਮ ਰਿਹਾ, ਸਿੱਖ ਜਿਹੜੇ ਨੇ ਮੈਂ ਬੜੇ ਸਿੱਖਾਂ ਨੂੰ ਮਿਲ ਰਿਹਾ ਔਰ ਆਪਾਂ ਥੋੜ੍ਹਾ ਜਿਹਾ ਇਹਨੂੰ ਐਗਜੈਜਰੇਟ ਵੀ ਨਾ ਕਰੀਏ ਕਿ, ਪਰ ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹਾਂ ਕਿ ਪੰਜਾਬ ਨੂੰ ਡਿਵਲਪਮੈਂਟ ਦੀ ਬੜੀ ਲੋੜ ਹੈ, ਸਾਡਾ ਜਿਹੜਾ ਸਿੱਖ ਯੂਥ ਹੈ ਉਹਨੂੰ ਬਹੁਤ ਅੱਗੇ ਆਉਣ ਦੀ ਲੋੜ ਹੈ, ਡਿਵਰਸੀਫਾਈ ਕਰਨ ਦੀ ਲੋੜ ਹੈ। ਅੱਜ ਸਾਡਾ ਪੰਜਾਬ ਵਿੱਚ ਸਾਡੇ ਕੋਲ ਓਪਰਚੁਨਿਟੀਜ਼ ਨਹੀਂ ਨੇ, ਨਾ ਸਾਡੇ ਕੋਲ ਚਾਹੀਦੀਆਂ ਯੂਨੀਵਰਸਿਟੀਜ਼ ਨੇ, ਨਾ ਇੰਡਸਟਰੀਜ਼ ਨੇ, ਨਾ ਕੋਈ ਕੰਮ ਰੋਜ਼ਗਾਰ ਦੇ ਸਾਡੇ ਯੂਥ ਵਾਸਤੇ ਕੋਈ ਐਵਨਿਊਜ਼ ਨਹੀਂ ਨੇ। ਔਰ ਮੈਂ ਇਹ ਚਾਹਾਂਗਾ ਕਿ ਜਿਹੜਾ ਸਾਡਾ ਯੂਥ ਹੈ, ਅੱਜ ਕਰੋੜਾਂ ਰੁਪਏ ਲਗਾ ਕੇ ਯੂਥ ਸਾਡਾ ਜਾਂਦਾ ਹੈ ਅਮੈਰੀਕਾ, ਕੈਨੇਡਾ ਜਾ ਰਿਹਾ ਹੈ, ਉਹ ਮੈਂ ਚਾਹਾਂਗਾ ਕਿ ਬਿਲਕੁਲ ਉਹਨੂੰ ਅਸੀਂ ਨਾ ਇਸ ਪਾਸੇ ਮੋੜੀਏ, ਕਿਉਂਕਿ ਕਿਉਂ ਲੱਗਦਾ ਸਰ, ਸਿਚੁਏਸ਼ਨ ਕੀ ਹੈ, ਹਾਲਾਤ ਕੀ ਹੈ ਇਸ ਟਾਈਮ? ਬਿਲਕੁਲ, ਪੰਜਾਬ ਵਿੱਚ ਮੈਂ ਕਹਾਂਗਾ ਜਿਹੜੇ ਸਿਰਫ ਕਿਸਾਨਾਂ ਨੂੰ, ਵੈਸੇ ਵੀ ਇਕਨੋਮਿਕ ਕੰਡੀਸ਼ਨਸ ਜਿਹੜੀਆਂ ਨੇ ਪੰਜਾਬ ਕੰਪੇਅਰ ਟੂ ਅਦਰ ਸਟੇਟਸ ਆਫ ਇੰਡੀਆ, ਜੇ ਅੱਜ ਮੈਂ ਅਸੀਂ ਅੱਜ ਇੱਥੇ ਮੱਧ ਪ੍ਰਦੇਸ਼ ਵਿੱਚ ਬੈਠੇ ਹਾਂ,
ਹੋਰ ਸਟੇਟਾਂ ਨੇ ਜਿਹੜੀਆਂ ਭਾਰਤ ਦੀਆਂ, ਉਹਨਾਂ ਨੇ ਬਹੁਤ ਤਰੱਕੀ ਕੀਤੀ ਹੈ। ਪਿਛਲੇ 30-35 ਸਾਲ ਵਿੱਚ ਗ੍ਰਾਫ ਇਸ ਇਹਨਾਂ ਸਟੇਟਾਂ ਦਾ ਬਹੁਤ ਉੱਪਰ ਗਿਆ। ਅਨਫੋਰਚੁਨੇਟਲੀ ਪੰਜਾਬ ਜਿਹੜਾ ਹੈ ਉਹ ਅਸੀਂ ਪਿੱਛੇ ਰਹਿ ਰਹੇ ਹਾਂ, ਵਟ ਐਵਰ ਦਾ ਰੀਜ਼ਨ। ਸਾਡੀ ਮਿਲੀਟੈਂਸੀ ਚੱਲਦੀ ਰਹੀ ਜਾਂ ਜੋ ਵੀ ਮਾਹੌਲ ਅਨੁਕੂਲ ਨਹੀਂ ਰਹੇ, ਸਾਡੀ ਲੀਡਰਸ਼ਿਪ ਫੇਲੀਅਰ ਕਹਿ ਲਓ ਪੰਜਾਬ ਦੀ, ਅਤੇ ਉਹ ਇਸ ਕਰਕੇ ਲੀਡਰਸ਼ਿਪ ਫੇਲੀਅਰ ਬਿਲਕੁਲ 100% ਪੰਜਾਬ ਦੇ। ਮੈਂ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ, ਇਨਕਲੂਡਿੰਗ ਮੈਂ ਹੁਣ ਭਗਵੰਤ ਮਾਨ ਜੀ ਦੀ ਵੀ ਲੀਡਰਸ਼ਿਪ ਨੂੰ ਕਹਾਂਗਾ ਕਿ ਉਹਨਾਂ ਨੂੰ ਵੀ ਹੋਰ ਅਗਰੈਸਿਵ ਹੋਣਾ ਚਾਹੀਦਾ ਪੰਜਾਬ ਦੀ ਡਿਵੈਲਪਮੈਂਟ ਲਈ। ਔਰ ਇਹਨਾਂ ਇਹ ਜਿਹੜੇ ਪੰਜਾਬ ਦਾ ਯੂਥ ਅੱਜ ਬਾਹਰ ਜਾਂਦਾ ਹੈ ਔਰ ਉੱਥੇ ਜਾ ਕੇ ਅੱਜ ਕੋਈ ਓਪਰਚੁਨਿਟੀ ਨਹੀਂ ਹੈ ਪੰਜਾਬ ਦੇ ਯੂਥ ਲਈ, ਬਲਕਿ ਕਿਸੇ ਯੂਥ ਲਈ, ਅਨਲੈਸ ਯੂ ਆਰ ਵੈਰੀ ਹਾਈਲੀ ਕੁਆਲੀਫਾਈਡ, ਅਨਲੈਸ ਯੂ ਆਰ IT ਇੰਜੀਨੀਅਰ ਤੁਸੀਂ, ਜਾਂ AI ਆਰਟੀਫਿਸ਼ਲ ਇੰਟੈਲੀਜੈਂਸ ਵਿੱਚ ਹੁਣ ਤੁਸੀਂ ਜਾ ਰਹੇ ਹੋ, ਜਾਂ ਡਾਕਟਰ ਹੋ ਜਾਂ ਇੰਜੀਨੀਅਰ ਹੋ, ਤਾਂ ਤੁਹਾਡੀ ਵੈਲਿਊ ਹੈ। ਜੇ ਡੰਕੀ ਲਗਾ ਕੇ ਪੰਜਾਬ ਜਾਣਾ ਜਾਂ ਕੈਨੇਡਾ ਜਾਣਾ, ਤੁਹਾਡੀ ਉੱਥੇ ਕੋਈ ਹੁਣ ਉਹ ਇੱਕ ਸੈਚੂਰੇਸ਼ਨ ਹੋ ਗਿਆ। ਅਤੇ ਮੈਂ ਤਾਂ ਇਹੀ ਚਾਹਾਂਗਾ ਸਾਡੇ ਯੂਥ ਨੂੰ ਪੰਜਾਬ ਵਿੱਚ ਹੀ ਓਪਰਚੁਨਿਟੀਜ਼ ਦਿੱਤੀਆਂ ਜਾਣ, ਇਹਨਾਂ ਨੂੰ ਇੱਥੇ ਹੀ ਕੰਮ ਰੋਜ਼ਗਾਰ ਦਿੱਤੇ ਜਾਣ, ਐਜੂਕੇਸ਼ਨ ਦਿੱਤੀ ਜਾਏ। ਔਰ ਇਸ ਵੱਲ ਸਾਡੀ ਲੀਡਰਸ਼ਿਪ ਦਾ ਪੂਰਾ ਧਿਆਨ ਹੋਣਾ ਚਾਹੀਦਾ। ਮੈਂ ਸਾਡੇ ਜਿਹੜੀਆਂ ਰਿਲੀਜੀਅਸ ਜਥੇਬੰਦੀਆਂ ਨੇ, SGPC, ਸਾਡੇ ਜਥੇਦਾਰ ਸਾਹਿਬ, ਉਹਨਾਂ ਨੂੰ ਵੀ ਦਰਖਾਸਤ ਕਰਨਾ ਵੀ ਸਾਡੇ ਯੂਥ ਨੂੰ ਇਹ ਥੋੜ੍ਹਾ ਜਿਹਾ ਮਾਡਰਨ ਜਿਹੜੀ ਸਾਡੀ ਸੋਚ ਹੈ ਉਸ ਤਰਫ ਲੈ ਕੇ ਆਇਆ ਜਾਏ। ਸਾਡੇ ਯੂਥ ਨੂੰ ਰੋਜ਼ਗਾਰ ਦੀ ਪ੍ਰਦਾਨ ਕੀਤੀ ਜਾਣ, ਉਹਨਾਂ ਨੂੰ ਕਿਰਤ ਵਾਸਤੇ ਉਹਨਾਂ ਦੇ ਵਾਸਤੇ ਦਰਵਾਜ਼ੇ ਖੋਲ੍ਹੇ ਜਾਣ, ਤਾਂ ਕਿ ਪੰਜਾਬ ਵਿੱਚ ਰਹਿ ਕੇ ਅਸੀਂ ਪੰਜਾਬ ਵਿੱਚ ਹੀ ਇੱਕ ਖੁਸ਼ਹਾਲੀ ਲਿਆਈਏ। ਕਿਉਂਕਿ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਪੰਜਾਬ ਦਾ ਸਿੱਖ ਜਿਹੜਾ ਉਹ ਬਾਹਰ ਚਲਾ ਜਾਏ, ਅਤੇ ਬਾਹਰ ਦੀ ਲੋਕ ਆ ਕੇ ਹੁਣ ਪੰਜਾਬ ਵਿੱਚ ਮੈਜੋਰਟੀ ਬਣ ਜਾਣ, ਅਤੇ ਸਿੱਖ ਫਿਰ ਅਸੀਂ ਉੱਥੇ ਪੰਜਾਬ ਵਿੱਚ ਇੱਕ ਸਾਡਾ ਘਰ, ਅਤੇ ਪੰਜਾਬ ਹੀ ਜਿੱਥੇ ਅਸੀਂ ਮੈਜੋਰਟੀ। ਮੰਨਦੇ ਤੁਸੀਂ ਕਿ ਵੀ NRIs ਦਾ ਬਹੁਤ ਵੱਡਾ ਸਹਿਯੋਗ ਰਿਹਾ ਕਰੰਟ ਜੋ ਕਿ ਸਰਕਾਰ ਨੂੰ ਚੁਣਨ ਵਾਸਤੇ? ਪਿਛਲੀ ਵਾਰ ਵੀ ਬਹੁਤ ਕੰਮ ਕੀਤਾ, NRIs ਆ ਕੇ ਕੰਮ ਕਰਦੇ ਰਹੇ। ਕੀ ਲੱਗਦਾ ਕਿ NRIs ਜਾਂ ਸੈਟਿਸਫਾਈਡ ਜਿਸ ਤਰੀਕੇ ਦੀ ਵਾਕੀ ਜੀ? ਬਿਲਕੁਲ, NRIs ਦਾ ਪੰਜਾਬ ਨਾਲ ਇੱਕ ਅਟੁੱਟ ਰਿਸ਼ਤਾ ਹੈ। ਮੈਂ ਮੇਰੇ ਉੱਥੇ ਜਿੰਨੇ ਵੀ ਮੇਰੇ ਦੋਸਤ ਯਾਰ ਨੇ ਅਮੈਰੀਕਾ ਵਿੱਚ, ਸਾਰਿਆਂ ਦਾ ਕੋਈ ਨਾ ਕੋਈ ਲਿੰਕ ਪੰਜਾਬ ਨਾਲ ਹੈਗਾ। ਸਾਲ 'ਚ 3-3 ਚੱਕਰ ਲੱਗਦੇ ਨੇ, ਪੰਜਾਬ ਵਿੱਚ ਇਨਵੈਸਟਮੈਂਟਸ ਹੋ ਰਹੀਆਂ ਨੇ। ਔਰ ਮੈਂ ਸਮਝਦਾ ਪੰਜਾਬ ਦਾ ਇਸ ਲਈ ਇਕਨੋਮਿਕ ਜਿਹੜਾ ਵੱਡਾ ਜਿਹੜਾ ਇੱਕ ਫੈਕਟਰ, ਉਹ ਇਹ ਵੀ ਇੱਕ NRIs ਦੀ ਕੰਟਰੀਬਿਊਸ਼ਨਸ ਜਿਹੜੀਆਂ ਆ ਰਹੀਆਂ ਨੇ ਪੰਜਾਬ ਵਿੱਚ। ਦੇਖਣ ਚਾਹੁੰਦਾ ਕਿ ਕਈ ਵਾਰ ਅਸੀਂ, ਕਿਉਂਕਿ ਮੈਂ ਵੀ ਜਦੋਂ ਇਲੈਕਸ਼ਨ ਕਵਰੇਜ ਕਰਦਾ ਹੁੰਦਾ, ਅਤੇ ਕਈ ਪਿੰਡਾਂ ਦੇ ਜਾ ਕੇ ਵੇਖਦੇ ਕਿ ਬਹੁਤ ਸੋਹਣੀ ਸਟਰੀਟ ਲਾਈਟ ਲੱਗੀ ਹੈ, ਬਹੁਤ ਸੋਹਣੀ ਸੜਕਾਂ ਬਣੀਆਂ, ਅਤੇ ਬਾਅਦ 'ਚੋਂ ਪਤਾ ਲੱਗਦਾ ਕਿ ਸਰਕਾਰ ਨੇ ਨਹੀਂ ਬਣਾਈਆਂ, ਜਿਹੜੇ ਪਿੰਡ ਦੇ NRI ਜਿਹੜੇ ਬਾਹਰ ਗਏ ਉਹਨਾਂ ਨੇ ਬਣਵਾਈਆਂ। ਬਿਲਕੁਲ। ਔਰ ਇਹ ਮੈਂ ਇਹ ਵੀ ਇੱਥੇ ਕਹਿਣਾ ਚਾਹਾਂਗਾ ਕਿ ਬਾਹਰ ਦੀਆਂ ਵੱਡੀਆਂ ਕੰਪਨੀਆਂ ਅੱਜ ਭਾਰਤ ਵਿੱਚ ਆ ਰਹੀਆਂ ਨੇ। ਤੁਹਾਨੂੰ iPhones ਹੁਣ ਇੰਡੀਆ ਵਿੱਚ ਬਣਨ ਲੱਗੇ ਨੇ, ਕਾਰਾਂ ਇੰਡੀਆ ਵਿੱਚ ਬਣਨ ਲੱਗ ਪਈਆਂ ਨੇ, ਤਾਂ ਮਾਈਕਰੋਸਾਫਟ ਆਰਟੀਫਿਸ਼ਲ ਇੰਟੈਲੀਜੈਂਸ ਵਾਸਤੇ ਆ ਰਿਹਾ, ਇਲੋਨ ਮਸਕ ਟੈਸਲਾ ਦੀ ਫੈਕਟਰੀ ਲਗਾਉਣ ਆ ਰਿਹਾ। ਪਰ ਮੈਨੂੰ ਇਹ ਬਹੁਤ ਹੀ ਦੇਖ ਕੇ ਬੜਾ ਦਿਲ ਦੁਖਦਾ ਹੈ ਕਿ ਇਹ ਸਾਰੀਆਂ ਇੰਡਸਟਰੀਜ਼ ਪੰਜਾਬ ਵਿੱਚ ਇੱਕ ਵੀ ਨਹੀਂ ਆਈ। ਕੋਈ ਚੇਨਈ ਜਾ ਰਹੀ ਹੈ, ਕੋਈ ਮਹਾਰਾਸ਼ਟਰਾ ਜਾ ਰਹੀ ਹੈ, ਗੁਜਰਾਤ ਜਾ ਰਹੀਆਂ ਨੇ, ਪੰਜਾਬ ਵਿੱਚ ਇਹ ਕਿਉਂ ਨਹੀਂ ਆ ਰਹੀ? ਔਰ ਉੱਥੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਪੰਜਾਬ ਵਿੱਚ ਜਾਓ, ਇੱਕ ਤਾਂ ਸਾਨੂੰ ਪੰਜਾਬ ਗੌਰਮੈਂਟ ਤੋਂ ਕੋਈ, ਜਿਹਨੂੰ ਕਹਿੰਦੇ ਨਾ, ਕੋਈ ਐਕਸਾਈਟਮੈਂਟ ਜਾਂ ਕੋਈ ਐਗਰੈਸਿਵਨੈਸ ਨਜ਼ਰ ਨਹੀਂ ਆਉਂਦੀ ਵੀ ਇੱਥੇ ਲੈ ਕੇ ਆਓ। ਔਰ ਇਹ ਬਾਕੀ ਸਟੇਟਾਂ, ਹੁਣ ਮੈਂ ਇੱਕ ਸਾਡੇ ਨੇ ਜਾਣ ਪਛਾਣ ਦੇ ਨੇ, ਉਹ ਅਮੈਰੀਕਾ ਤੋਂ ਹੀ ਆਏ ਨੇ, ਉਹਨਾਂ ਨੇ ਆਪਣੀ ਇੰਡਸਟਰੀ ਲਗਾਈ ਹੈ ਗੁਜਰਾਤ ਜਾ ਕੇ, ਔਰ ਇਹ ਹੈਲਥ ਕੇਅਰ ਦੀ।
ਅਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਗੁਜਰਾਤ ਵਿੱਚ ਕਿਉਂ ਲਾਈ, ਪੰਜਾਬ ਵਿੱਚ ਕਿਉਂ ਨਹੀਂ ਲਾਈ? ਕਹਿੰਦੇ ਪੰਜਾਬ ਵਿੱਚ ਲਾਇਸੈਂਸਿੰਗ ਪ੍ਰੋਸੀਜਰ ਹੀ ਇੰਨਾ ਸਖਤ ਹੈ ਅਤੇ ਉਹ ਪਰਮਿਟ ਮਿਲਦੀਆਂ ਅਤੇ ਸਾਰਾ ਕੰਮ ਕਰਦੇ 2 ਸਾਲ ਲੱਗ ਜਾਣੇ ਸਨ। ਗੁਜਰਾਤ ਵਿੱਚ ਉਹਨਾਂ ਨੂੰ ਮੈਨੂੰ 1 ਹਫ਼ਤੇ 'ਚ ਸਾਰਾ ਕੁਝ ਕਰਤਾ। ਹਾਂਜੀ, ਸੋ ਇਹ ਗੱਲਾਂ ਵੇਖਣ ਵਾਲੀਆਂ ਨੇ ਕਿ ਹੋਰ ਸਟੇਟਾਂ ਬੜੀਆਂ ਅਗਰੈਸਿਵ ਨੇ। ਸਾਡੀ ਭਗਵੰਤ ਮਾਨ ਤਾਂ ਦੇਖਦੇ ਆਪਾਂ ਦੇਖਦੇ ਹੁਣ ਜਰਮਨੀ ਦੇ ਕਹਿੰਦੇ ਹੈਗੇ ਕਿ ਜਰਮਨੀ ਦੇ ਹੁਣ BMW ਸ਼ਾਇਦ ਬਣਿਆ ਕਰੇਗੀ, ਹੋਰ ਕਈ ਕੰਪਨੀਆਂ ਦੇ ਨਾਮ ਲਿਆ ਕਰਦੇ ਆ, ਉਹ ਤਾਂ ਕਹਿੰਦੇ ਅਸੀਂ ਬਹੁਤ ਇਹਨੂੰ ਰੈਪਿਡਲੀ ਫਾਸਟ ਕਰ ਰਹੇ ਹਾਂ, ਬਟ ਕੀ ਮਤਲਬ ਕਿ ਐਕਚੁਅਲ ਹਾਲਾਤ ਕੁਛ ਹੋਰ ਨੇ? ਐਕਚੁਅਲ ਹਾਲਾਤ ਕੁਛ ਹੋਰ ਨੇ, ਕਿਉਂਕਿ ਮੈਨੂੰ ਹੁਣ ਨਹੀਂ ਪਤਾ ਉਹਨਾਂ ਦੀ BMW ਦੀ ਕਿੱਥੇ ਤੱਕ ਫੈਕਟਰੀ ਹੈ, ਪਰ ਦੇਖੋ ਮੈਂ ਭਗਵੰਤ ਮਾਨ ਨੂੰ ਇਸ ਗੱਲ ਦਾ ਕ੍ਰੈਡਿਟ ਜ਼ਰੂਰ ਦਿਆਂਗਾ ਕਿ ਉਹਨਾਂ ਨੇ ਇੱਕ ਵੱਡਾ ਇਨਵੈਸਟਮੈਂਟ ਸੈਮੀਨਾਰ ਰੱਖਿਆ ਸੀ ਪੰਜਾਬ ਵਿੱਚ, ਜਿਹਦੀ ਕਿ ਜਿਹਦੇ ਵਿੱਚ ਕਿ ਬਾਹਰੋਂ ਕਾਫੀ ਇਨਵੈਸਟਰਸ ਆ ਰਹੇ ਸੀ, ਇੰਡਸਟਰੀਸਟ ਆ ਰਹੇ ਸੀ ਆਲ ਓਵਰ ਇੰਡੀਆ ਤੋਂ। ਪਰ ਉਸੇ ਦਿਨ ਅੰਮ੍ਰਿਤਪਾਲ ਸਿੰਘ ਜੀ ਨੇ ਇੱਕ ਅੰਦੋਲਨ ਕਰਤਾ ਸੀ ਉਹ ਜਿਹਦੀਆਂ ਪੂਰੇ ਭਾਰਤ ਵਿੱਚ ਪੂਰੀ ਦੁਨੀਆ ਵਿੱਚ ਤਸਵੀਰਾਂ ਗਈਆਂ ਸੀ, ਅਤੇ ਉਸ ਮਾਹੌਲ ਵਿੱਚ ਇਨਵੈਸਟਰਸ ਆਉਂਦੇ ਵੀ ਡਰਦੇ ਨੇ ਕਿ ਇੱਕ ਸਟੇਟ ਵਿੱਚ ਜਿੱਥੇ ਕੋਈ ਨਾ ਕੋਈ ਅਨਰੈਸਟ ਚੱਲਦਾ ਰਹਿੰਦਾ ਹੈ, ਅਸੀਂ ਉੱਥੇ ਕਿਵੇਂ ਇਨਵੈਸਟ ਕਰੀਏ? ਜਿਹਨੇ ਆਪਣੇ ਪੈਸੇ ਲਗਾਉਣੇ ਨੇ ਉਹਨੂੰ ਇੱਕ ਸੇਫਟੀ, ਇੱਕ ਮਾਹੌਲ ਦੀ ਵੀ ਫਿਕਰ ਹੁੰਦੀ ਹੈ, ਅਤੇ ਆਪਾਂ ਨੂੰ ਇਸ ਸਾਰੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ। ਆਪਾਂ ਨੂੰ ਇੱਕ ਟੋਲਰੈਂਸ ਲਿਆਉਣੀ ਪਏਗੀ ਆਪਣੀ ਸੋਚ ਵਿੱਚ ਕਿ ਅਸੀਂ ਹੋਰਾਂ ਨੂੰ ਐਕਸੈਪਟ ਕਰ ਸਕੀਏ ਔਰ ਇੱਥੇ ਓਪਨ ਵੈਲਕਮ ਕਰੀਏ ਕਿ ਆ ਕੇ ਤੁਸੀਂ ਇਨਵੈਸਟ ਕਰੋ ਪੰਜਾਬ ਵਿੱਚ, ਪੰਜਾਬ ਇਜ਼ ਅ ਵੈਰੀ ਸੇਫ ਸਟੇਟ। ਇੱਕ ਕੈਂਪੇਨ ਚਲਾਈ ਜਾਏ ਪੂਰੇ ਭਾਰਤ ਵਿੱਚ, ਔਰ ਇਹਦੇ ਵਿੱਚ ਅਸੀਂ ਇੱਕ ਹੋਰ ਬੜੀ ਵੱਡੀ ਗੱਲ ਕਰ ਦਿੰਦੇ ਹਾਂ ਕਿ ਉਹ ਜੀ ਇਹ ਸੈਂਟਰ ਨਹੀਂ ਕਰਨ ਦਿੰਦਾ, ਹਰ ਬਲੇਮ ਅਸੀਂ ਸੈਂਟਰ 'ਤੇ ਕਰ ਦਿੰਦੇ ਹਾਂ, ਪਰ ਕਦੀ ਆਪਣੇ ਆਪ ਵਿੱਚ ਵੀ ਝਾਤੀ ਮਾਰਨੀ ਚਾਹੀਦੀ ਕਿ ਵੀ ਅਸੀਂ ਵੀ ਕੀ ਕਰ ਰਹੇ ਹਾਂ, ਸਾਡੀਆਂ ਲੀਡਰਸ਼ਿਪ ਨੇ ਪਿਛਲੇ 20-25 ਸਾਲ ਵਿੱਚ 30 ਸਾਲ ਵਿੱਚ ਕੀ ਕੀਤਾ ਹੈ। ਅਸੀਂ ਮਿੰਟ ਲਾਉਂਦੇ ਹਾਂ BJP ਨੂੰ ਬਲੇਮ ਕਰਦੇ ਹਾਂ, BJP ਤਾਂ ਕਦੀ ਵੀ ਪੰਜਾਬ ਵਿੱਚ ਗੌਰਮੈਂਟ ਨਹੀਂ ਬਣਾਈ, ਜਾਂ ਅਕਾਲੀ ਰਹੇ ਨੇ, ਜਾਂ ਕਾਂਗਰਸ ਰਹੀ ਹੈ, ਜਾਂ ਹੁਣ ਆਮ ਆਦਮੀ ਪਾਰਟੀ ਰਹੀ ਹੈ, ਅਤੇ ਸਾਨੂੰ ਹੁਣ ਅਸੀਂ ਕਿਸ 'ਤੇ ਬਲੇਮ ਕਰਾਂਗੇ? ਅਸੀਂ ਆਪਣੇ ਅੰਦਰ ਵੀ ਝਾਤੀ ਮਾਰੀਏ ਕਿ ਸਾਡੀ ਲੀਡਰਸ਼ਿਪ ਕਿੱਥੇ ਫੇਲ ਹੋਈ। ਜੋ ਕਈ ਖਬਰਾਂ ਕੁਛ ਵੀਡੀਓਜ਼ ਸੁਣਦੇ ਹੈਗੇ ਆ ਕਿ ਜਿਹੜੀ ਬਾਹਰਲੇ ਮੁਲਕਾਂ ਤੋਂ ਆਉਂਦੀ, ਤੁਸੀਂ ਅਮੈਰੀਕਾ ਰਹਿੰਦੇ ਹੋ, ਕਿ ਵੀ ਜਿਹੜੇ ਆਪਣਾ ਕਿੱਲੇ ਪਹਿਲੀਆਂ ਵੇਚ ਕੇ ਇੱਧਰ ਆਏ ਸੀਗੇ, ਪਰ ਇੱਥੇ ਵੀ ਉਹ ਰੁਲਦੇ ਪਏ ਆ, ਦਿਹਾੜੀਆਂ ਜੋ ਸੋਚੀਆਂ ਸੀ ਉਹ ਨਹੀਂ ਮਿਲਦੀਆਂ, ਕਦੀ ਕੁਛ ਹੋ ਜਾਂਦਾ, ਕਦੀ ਕੁਛ ਘਟਨਾਵਾਂ ਸੁਣਨ ਨੂੰ ਮਿਲਦੀਆਂ, ਧੀਆਂ ਦੀ ਬੇਪੱਤੀਆਂ ਦੀ ਘਟਨਾਵਾਂ ਸੁਣਨ ਨੂੰ ਮਿਲਦੀਆਂ, ਕਿ ਵਾਕਈ ਅਸਲ ਉਹ ਵੀਡੀਓ ਸੱਚ ਨੇ ਜਾਂ ਕੀ? ਇਹਦੇ ਬਾਰੇ ਮੈਂ ਚਾਹਾਂ ਜ਼ਰੂਰ ਤੁਸੀਂ। ਬਿਲਕੁਲ ਸੱਚ ਨੇ ਸਾਡੀ ਸਿਚੁਏਸ਼ਨ ਕੀ ਹੈ? ਸਿਚੁਏਸ਼ਨ ਉੱਥੇ ਇਹ ਕਿ ਖਾਸ ਕਰ ਕੈਨੇਡਾ ਵਿੱਚ ਇਸ ਵੇਲੇ ਸੈਚੂਰੇਸ਼ਨ ਪੁਆਇੰਟ ਆ ਚੁੱਕਿਆ, ਸਾਡੇ ਬੱਚੇ ਜਿਹੜੇ ਸਟੂਡੈਂਟ ਵੀਜ਼ਿਆਂ 'ਤੇ ਉੱਥੇ ਆਏ ਹੋਏ ਨੇ ਜਾਂ ਪੜ੍ਹਾਈ ਦੇ ਚੱਕਰ 'ਚ ਆਏ ਸਨ ਕਿ ਅਸੀਂ ਉੱਥੇ ਜਾ ਕੇ ਕੁਝ ਹੋਰ ਕੰਮ ਸ਼ੁਰੂ ਕਰ ਲਵਾਂਗੇ, ਜਾਂ ਡੰਕੀਆਂ ਲਗਾ ਕੇ ਜਿਹੜੇ ਆਏ ਹੋਏ ਨੇ, ਉਹ ਬੜੀ ਮਾੜੀ ਸਿਚੁਏਸ਼ਨ ਹੈ। ਕੀ ਗਵਾਉਂਦੇ ਆ? ਮੈਂ ਚਾਹੁੰਦਾ ਜੋਬ ਹੈ ਹੀ ਨਹੀਂ, ਕਈ ਤਾਂ ਵਿਚਾਰੇ ਸੜਕਾਂ 'ਤੇ ਬੈਠੇ ਹੋਏ ਨੇ, ਸਵੇਰੇ ਤੁਸੀਂ ਯੂਟਿਊਬ 'ਤੇ ਵੇਖੀਆਂ ਹੋਣੀਆਂ ਨੇ ਲਾਈਨਾਂ ਲਾ ਕੇ ਜੋਬ ਦੀ ਵੇਟ ਕਰਦੇ ਨੇ, ਕਈਆਂ ਨੂੰ ਲੇਬਰ ਮਿਲ ਜਾਂਦੀ, ਕਈਆਂ ਨੂੰ ਨਹੀਂ ਮਿਲਦੀ, ਔਰ ਬਹੁਤ ਹੀ ਮਤਲਬ ਸਾਡੀਆਂ ਧੀਆਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਹਿਊਮਨ ਟ੍ਰੈਫਿਕਿੰਗ ਵਿੱਚ, ਔਰ ਇਹ ਸਾਡੀ ਮੈਂ ਸਮਝਦਾ ਜਥੇਬੰਦੀਆਂ ਨੂੰ ਅਸੀਂ ਸਿੱਖਸ ਆਫ ਅਮੈਰੀਕਾ ਅਸੀਂ ਪੂਰੀ ਇਹਨਾਂ ਨੂੰ ਹੈਲਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਸਾਨੂੰ ਪਤਾ ਲੱਗੇ ਕੋਈ ਇਹੋ ਜਿਹੀ ਗੱਲ ਹੈ। ਅਸੀਂ ਐਗਜ਼ਾਮਪਲਸ ਦੇ ਸਕਦੇ ਹੋ ਕਿਸ ਤਰੀਕੇ ਦੇ? ਇਸ 'ਤੇ ਸਪੈਸੀਫਿਕ ਐਗਜ਼ਾਮਪਲਸ ਨਹੀਂ ਦਿਆਂਗਾ ਕਿਉਂਕਿ ਪ੍ਰਾਈਵੇਸੀ ਇਸ਼ੂਜ ਹੁੰਦੇ ਨੇ, ਬਟ ਦੇਰ ਆਰ ਹੈਵ ਬਿਨ ਇਸ਼ੂਜ, ਯੂਟਿਊਬ ਭਰਿਆ ਹੋਇਆ ਇਹਨਾਂ। ਤੁਹਾਨੂੰ ਲੱਗਦਾ ਕਿ ਉਹ ਬੰਦਾ ਆਪਣੀ ਪਹਿਲੀ ਵੇਚ ਕੇ ਆਉਂਦਾ, ਉੱਥੇ ਵੀ ਗਵਾ ਲੈਂਦਾ, ਇੱਥੇ ਆ ਕੇ ਵੀ ਕੁਛ ਲੱਭਦਾ ਨਹੀਂ, ਫਿਰ ਵਾਪਸ ਜਾਣ ਜੋਗਾ ਵੀ ਨਹੀਂ। ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦੇਣਾ, ਮੈਂ ਉੱਥੇ ਇੱਕ ਕਪਲ ਨਾਲ ਮਿਲਿਆ ਜਿਹੜੇ ਕਿ ਉੱਥੇ ਗੁਰਦੁਆਰੇ ਵਿੱਚ ਆ ਕੇ ਉਹਨਾਂ ਉਹ ਰਹਿ ਰਹੇ ਸੀ ਅਮੈਰੀਕਾ ਵਿੱਚ, ਅਤੇ ਉਹ ਭਾਰਤ ਤੋਂ 50 ਲੱਖ ਹਸਬੈਂਡ ਨੇ ਦਿੱਤੇ, 50 ਲੱਖ ਵਾਈਫ ਨੇ ਦਿੱਤੇ ਕਿ ਅਸੀਂ 50 ਲੱਖ 1 ਕਰੋੜ ਰੁਪਇਆ ਲਗਾ ਕੇ ਅਤੇ ਉਹ ਡੰਕੀ ਲਗਾ ਕੇ ਅਮਰੀਕਾ ਆਏ।
ਹੁਣ ਮੈਂ ਉਹਨਾਂ ਨੂੰ ਉੱਥੇ ਆਏ ਤੇ ਮੈਨੂੰ ਬਹੁਤ ਮੈਂ ਕਿਹਾ ਉਹ ਆ ਕੇ ਉਹਨਾਂ ਨੇ ਹੁਣ ਹੋਰ ਕੋਈ ਨਹੀਂ ਲੱਭਿਆ ਤੇ ਗੁਰਦੁਆਰਾ ਸਾਹਿਬ ਉਹਨਾਂ ਨੇ ਆ ਕੇ ਸ਼ਰਨ ਲਈ ਹੋਈ ਹੈ ਤੇ ਬਸ ਉੱਥੇ ਹੁਣ ਸੇਵਾ ਕਰ ਰਹੇ ਨੇ ਜੌਬ ਦੀ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਸਨ ਤੇ ਉਹ ਜੌ 1 ਕਰੋੜ ਮੈਂ ਸਮਝਦਾ ਜਿਹਦੇ ਕੋਲ ਭਾਰਤ ਵਿੱਚ ਹੋਏ ਰੁਪਿਆ ਕੈਸ਼ ਜੇ ਤੁਸੀਂ ਕਿਸੇ ਏਜੰਟ ਨੂੰ ਦਿੱਤਾ ਹੈ ਉਹੀ 1 ਕਰੋੜ ਇੱਥੇ ਕਿਸੇ ਲਾ ਲੈਂਦੇ ਤੇ ਤੁਹਾਡਾ ਵਧੀਆ ਕੰਮ ਕਾਰ ਭਾਰਤ ਵਿੱਚ ਹੀ ਚੱਲਣਾ ਸੀ। ਅੱਜ ਭਾਰਤ ਦੀ ਜੀ ਡੀ ਪੀ 7.8 ਹੈ, ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ। ਪੰਜਾਬ ਵਿੱਚ ਵੀ ਅਸੀਂ ਮੰਨੀਏ ਚਲੋ 7.8 ਨਹੀਂ ਤਾਂ 5 ਤਾਂ ਹੋਣੀ ਹੈ ਜੀ ਡੀ ਪੀ, ਅਤੇ ਜੇ ਅਸੀਂ ਪੰਜਾਬ ਵਿੱਚ ਹੋਰ ਇਨਵੈਸਟ ਕਰੀਏ ਉਹੀ ਜੇ ਉਹ ਅੱਜ ਮੈਂ ਸਮਝਦਾ 1 ਕਰੋੜ ਦੀਆਂ 3 ਗੱਡੀਆਂ ਜਾਂ 4 ਕਾਰਾਂ ਲੈ ਕੇ ਟੈਕਸੀ ਸਰਵਿਸ ਸ਼ੁਰੂ ਕਰ ਦਿੰਦੇ ਦਿੱਲੀ ਚੰਡੀਗੜ੍ਹ ਜਾਂ ਅੰਮ੍ਰਿਤਸਰ ਚੰਡੀਗੜ੍ਹ, ਅਤੇ ਉਹਨਾਂ ਨੂੰ ਇੱਥੇ ਵੀ ਰੋਜ਼ਗਾਰ ਅੱਛਾ ਹੋ ਜਾਣਾ ਸੀ। ਮੈਂ ਦੇਖ ਰਿਹਾ ਕਈ ਲੋਕ ਇੱਥੇ ਰੋਜ਼ਗਾਰ ਕਰ ਰਹੇ ਨੇ ਆਪਣਾ, ਔਰ ਇੰਨਾ ਪੈਸਾ ਲਗਾ ਕੇ ਬਾਹਰ ਆ ਕੇ ਮੈਂ ਵੇਖਿਆ ਲੋਕ ਉੱਥੇ $5 ਘੰਟੇ 'ਤੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ, ਉਹਨਾਂ ਨੂੰ ਲੇਬਰ ਅਬਿਊਜ਼ ਕੀਤੀ ਜਾ ਰਹੀ ਹੈ ਔਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉੱਥੇ, ਔਰ ਇਹ ਇੰਨਾ ਪੈਸਾ ਲਗਾ ਕੇ। ਅਤੇ ਮੈਂ ਸਮਝਦਾ ਕਿ ਸਾਡੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੇ ਯੂਥ ਨੂੰ ਸੰਭਾਲੀਏ, ਯੂਥ ਨੂੰ ਸੰਭਾਲਣ ਦੀ ਬੜੀ ਲੋੜ ਹੈ, ਯੂਥ ਨੂੰ ਪੰਜਾਬ ਵਿੱਚ ਰੱਖੀਏ, ਯੂਥ ਨੂੰ ਪੰਜਾਬ ਵਿੱਚ ਓਪਰਚੁਨਿਟੀਜ਼ ਦਈਏ, ਪੰਜਾਬ ਵਿੱਚ ਉਹਨਾਂ ਨੂੰ ਮੈਂ ਫਿਰ ਮੁੜ ਕਹਿੰਦਾ ਅਸੀਂ ਯੂਨੀਵਰਸਿਟੀਜ਼ ਖੋਲੀਏ, ਅਸੀਂ ਇੰਡਸਟਰੀਜ਼ ਲੈ ਕੇ ਆਈਏ, ਅਸੀਂ ਕੰਮ ਰੋਜ਼ਗਾਰ ਦੇ ਰਸਤੇ ਖੋਲੀਏ। ਯਾਨੀ ਕਿ ਜਿਹੜੀ ਬੋਲੀ ਪਹਿਲੇ ਪੰਜਾਬੀ ਦੀ ਜਿਹੜੀ ਹੈ ਨਾ ਐਮ.ਏ. ਵਿਰਕ ਨੇ ਫਿਲਮ ਬਣਾਈ ਸੀਗੀ ਸੋ ਡੋਂਕੀ ਦੇ ਉੱਪਰ, ਚਲੋ ਸਮਝ 'ਚ ਆਉਂਦਾ ਕਿ ਪੰਜਾਬੀ ਬੋਲ ਜਾ ਰਿਹਾ। ਹੁਣ ਬੋਲੀਵੁੱਡ ਦੀ ਫਿਲਮ ਸ਼ਾਹਰੁਖ ਖਾਨ ਨੇ ਵੀ ਬਣਾਈ ਆ ਔਰ ਉਹਦੇ ਵਿੱਚ ਵੀ ਇੱਕ ਮਤਲਬ ਕਿ ਸਿੱਖਾਂ ਦੇ ਪੰਜਾਬ ਦੇ ਕੇਸ ਉਹਦੇ ਵਿੱਚ ਵੀ ਲਏ ਗਏ ਆ, ਉਹ ਕਾਰਨ ਤਾਂ ਹੀ ਹੈ ਕਿ ਯਾਨੀ ਬਹੁਤ ਕੁਛ ਹੋ ਰਿਹਾ। ਔਰ ਦੇਖੋ ਇਹ ਪੰਜਾਬ ਦੇ ਕੇਸ ਵੀ ਹੈ ਨੇ, ਔਰ ਮੈਂ ਨਾਲ ਮੈਂ ਇੱਕ ਹੋਰ ਗੱਲ ਤੋਂ ਹੈਰਾਨ ਹਾਂ ਕਿ ਹਰਿਆਣਾ ਦੇ ਬੜੇ ਕੇਸਿਸ ਆ ਰਹੇ ਨੇ ਪੰਜਾਬ ਦੀ ਬਾਰਡਰਿੰਗ ਸਟੇਟ, ਹਾਲਾਂਕਿ ਹਰਿਆਣਾ ਕਾਫੀ ਤਰੱਕੀ ਕਰ ਚੁੱਕਿਆ ਹੈ। ਅਤੇ ਇਹ ਮੈਂ ਸਮਝਦਾ ਕਿ ਇੱਥੇ ਇੱਕ ਇਕਨੋਮਿਕ ਰੀਜ਼ਨਸ ਨੇ ਜਾਂ ਇੱਕ ਜਿਹੜਾ ਇੱਕ ਫੈਸ਼ਨ ਜਿਹਾ ਹੋ ਗਿਆ ਕਿ ਅਸੀਂ ਜੀ ਬਸ ਕੈਨੇਡਾ ਜਾਣਾ ਹੈ ਜਾਂ ਅਸੀਂ ਬਾਹਰ ਨਿਕਲਣਾ ਇੱਥੋਂ, ਉਹ ਜਿਹੜਾ ਮਾਨਸਿਕਤਾ ਹੈ ਨਾ ਉਹ ਮੈਂ ਆਪਣੇ ਯੂਥ ਨੂੰ ਕਹਾਂਗਾ ਕਿ ਤੁਹਾਨੂੰ ਉੱਥੇ ਜਾ ਕੇ ਉਹ ਗੱਲਾਂ ਨਹੀਂ ਜਿਹੜਾ ਪਹਿਲੇ ਸੀ, ਜਿਹੜੇ ਲੋਕ ਅੱਜ ਤੋਂ 35 ਸਾਲ 40 ਸਾਲ 20 ਸਾਲ ਈਵਨ 10 ਸਾਲ ਪਹਿਲਾਂ ਜੋ ਗਏ ਸੀ, ਉਹ ਅੱਜ ਦੇ ਯੂਥ ਨੂੰ ਜਾਂ ਅੱਜ ਦਾ ਜਿਹੜਾ ਬੰਦਾ ਨਵਾਂ ਅਮੈਰੀਕਾ ਜਾਂ ਕੈਨੇਡਾ ਆ ਰਿਹਾ ਉਹਨੂੰ ਉਹ ਓਪਰਚੁਨਿਟੀਜ਼ ਉੱਥੇ ਨਹੀਂ ਅਵੇਲੇਬਲ। ਔਰ ਮੈਂ ਸਮਝਦਾ ਕਿ ਤੁਸੀਂ ਅੱਜ ਅਸੀਂ ਇੱਥੇ ਹੀ ਮਜ਼ਬੂਤ ਕਰੀਏ ਆਪਣੀ ਇਕਾਨਮੀ, ਜਿਵੇਂ ਭਾਰਤ ਐਡਵਾਂਸ ਹੋ ਰਿਹਾ, ਜਿਵੇਂ ਗਰੋਥ ਇੱਥੇ ਹੋ ਰਹੀ ਹੈ, ਅਤੇ ਇੱਥੇ ਹੀ ਅਸੀਂ ਆਪਣੇ ਯੂਥ ਨੂੰ ਇੱਕ ਵਧੀਆ ਫਿਊਚਰ ਦੇ ਸਕਦੇ। ਯਾਨੀ ਕਿ ਆਫਟਰ ਮੈਥ ਕੀ ਹੈ, ਇੱਕ ਆਪਾਂ ਦੇਖਦੇ ਹਾਂ ਆਪਾਂ 20-25-30 ਲੱਖ ਰੁਪਏ ਲਗਾ ਲੈਂਦੇ ਹਾਂ, ਉਹ ਵੀ ਇੱਕ ਵੱਡਾ ਅਮਾਊਂਟ ਹੁੰਦਾ, ਇੱਥੇ ਵੀ ਇਨਵੈਸਟ ਕੀਤਾ ਜਾ ਬਹੁਤ ਬਿਲਕੁਲ ਇੱਥੇ ਇਨਵੈਸਟਮੈਂਟ ਕੀਤੀ ਜਾ ਸਕਦੀ ਇੱਥੇ ਤੁਸੀਂ, ਬਲਕਿ ਕਈ ਐਗਜ਼ਾਮਪਲਸ ਨੇ ਲੋਕ ਕੈਨੇਡਾ ਤੋਂ ਵਾਪਸ ਆ ਗਏ ਨੇ, ਰਿਵਰਸ ਇਮੀਗ੍ਰੇਸ਼ਨ ਹੋ ਰਹੀ ਹੈ ਇੱਥੇ ਆ ਕੇ ਉਹਨਾਂ ਨੇ, ਇੱਕ ਮੈਂ ਉਹਦੇ ਭਾਈ ਸਾਹਿਬ ਨਾਲ ਗੱਲ ਕਰ ਰਹੇ ਸੀ, ਉਹਨਾਂ ਨੇ ਰੈਸਟੋਰੈਂਟ ਖੋਲ ਲਿਆ ਇੱਥੇ ਆ ਕੇ ਔਰ ਬੜਾ ਵਧੀਆ ਚੱਲ ਰਿਹਾ। ਅਤੇ ਦੇਖੋ ਇੱਥੇ ਵੀ ਓਪਰਚੁਨਿਟੀਜ਼ ਨੇ, ਰਿਵਰਸ ਇਮੀਗ੍ਰੇਸ਼ਨ ਹੋ ਰਹੀ ਹੈ, ਪੈਸਾ ਜਿਹੜਾ ਹੈ ਆਪਣੀ ਜ਼ਮੀਨਾਂ ਵੇਚ ਕੇ ਆਪਣੀ ਸਰਮਾਇਆ ਸਾਰਾ ਵੇਚ ਕੇ ਔਰ ਦਾਅ 'ਤੇ ਲਾ ਕੇ ਜਾਣਾ, ਅੱਗੇ ਠੀਕ ਹੁੰਦਾ ਸੀ ਉੱਥੇ ਤੁਹਾਨੂੰ ਰਿਟਰਨ ਆ ਜਾਂਦੀ ਸੀ, ਹੁਣ ਤੁਸੀਂ ਜੇ 30-35 ਲੱਖ ਰੁਪਇਆ ਲਗਾ ਕੇ ਜਾਓਗੇ ਉਹ ਵਾਪਸ ਭੇਜਦੇ ਉਹਦੀ ਭਰਪਾਈ ਕਰਦੇ ਕਰਦੇ ਸਾਰੀ ਉਮਰ ਲੰਘ ਜਾਣੀ, ਉਨੀ ਦੇਰ ਦੇ ਵਿੱਚ ਇੱਥੇ ਪ੍ਰੋਪਰਟੀਆਂ ਦੇ ਰੇਟ ਉਨੇ ਹੋ ਜਾਣੇ। ਬਿਲਕੁਲ ਇੱਥੇ ਪ੍ਰੋਪਰਟੀਆਂ ਦੇ ਡਬਲ ਹੋਈ ਜਾ ਰਹੀਆਂ। ਸੋ ਇਹ ਮੈਂ ਪੰਜਾਬ ਦੇ ਵਿੱਚੋਂ ਆਪਣੀ ਜ਼ਮੀਨ ਵੀ ਗਵਾ ਰਹੇ ਹਾਂ। ਬਿਲਕੁਲ ਪੰਜਾਬ ਵਿੱਚੋਂ ਆਪਣੀ ਜ਼ਮੀਨ ਕਮਾ ਰਹੇ ਹੋ, ਆਪਣੀ ਤੁਸੀਂ ਪਾਪੂਲੇਸ਼ਨ ਆਪਣੀ ਗਿਣਤੀ ਘੱਟ ਕਰਦੇ ਜਾ ਰਹੇ ਹੋ, ਕਿਉਂਕਿ ਸਿੱਖ ਸਾਰੇ ਬਾਹਰ ਜਾਈ ਜਾ ਰਹੇ ਨੇ, ਜਿਹੜਾ ਪੰਜਾਬ ਸਾਡਾ ਇੱਕੋ ਤੇ ਘਰ ਹੈ ਜਿੱਥੇ ਅਸੀਂ ਮੈਜੋਰਿਟੀ 'ਚ, ਜੇ ਉੱਥੇ ਵੀ ਮਿਨੋਰਟੀ 'ਚ ਆ ਗਏ ਤਾਂ ਫਿਰ ਸਾਡੇ ਕੋਲ ਰਹੇਗਾ ਕੀ? ਇਹ ਬੜੀ ਵੱਡੀ ਸੋਚਣ ਦੀ ਗੱਲ ਹੈ ਕਿ
ਇੱਕ ਪਾਸੇ ਅਸੀਂ ਕਿਸਾਨੀ ਅੰਦੋਲਨ 'ਚ ਗੱਲ ਕਰਦੇ ਸੀਗੇ ਕਿ ਸ਼ਾਇਦ ਅੰਬਾਨੀ ਅਡਾਨੀ ਅਰੀ ਸਾਡੀ ਜ਼ਮੀਨਾਂ 'ਤੇ ਕਬਜ਼ੇ ਕਰ ਲੈਣਗੇ, ਬਟ ਅੱਜ ਬਾਹਰ ਜਾਣ ਦੀ ਪੇਸ਼ਕਸ਼ ਵਾਸਤੇ ਅਸੀਂ ਆਪ ਬੈਂਕਾਂ ਨੂੰ ਗਿਰਵੀ ਰੱਖ ਰਹੇ ਹਾਂ ਜ਼ਮੀਨ। ਬਿਲਕੁਲ ਬਿਲਕੁਲ ਬਿਲਕੁਲ। ਔਰ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਰਤ ਦੀ ਆਜ਼ਾਦੀ ਵਿੱਚ, ਭਾਰਤ ਦੀ ਤਰੱਕੀ ਵਿੱਚ। ਔਰ ਮੈਂ ਵੇਖ ਰਿਹਾ ਕਿ ਸਿੱਖ ਅੱਜ ਜਿਹੜੇ ਪੰਜਾਬ ਤੋਂ ਬਾਹਰ ਰਹਿ ਰਹੇ ਨੇ ਉਹ ਬੜੀ ਤਰੱਕੀਆਂ ਕਰ ਰਹੇ ਨੇ, ਬੜੇ ਅੱਛੇ ਹਾਲਾਤਾਂ ਵਿੱਚ ਨੇ। ਔਰ ਮੈਂ ਚਾਹੁੰਦਾ ਪੰਜਾਬ ਵਿੱਚ ਵੀ ਉਹੀ ਤਰੱਕੀ ਹੋਏ ਜਿਵੇਂ ਗੁਜਰਾਤ 'ਚ ਹੋ ਰਹੀ ਹੈ, ਜਿਵੇਂ ਉੜੀਸਾ 'ਚ ਹੋ ਰਹੀ ਹੈ। ਔਰ ਮੈਂ ਨਹੀਂ ਕਹਿ ਰਿਹਾ ਕਿ ਸਿੱਖਾਂ ਦੀ ਇੱਥੇ ਕੋਈ ਪ੍ਰੋਬਲਮਸ ਨਹੀਂ ਨੇ, ਕੋਈ ਇਸ਼ੂਜ਼ ਨਹੀਂ ਨੇ, ਭਾਰਤ ਦੇ ਸਿੱਖਾਂ ਦੇ ਬੜੇ ਇਸ਼ੂਜ਼ ਨੇ। ਪਰ ਮੈਂ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਕਿ ਭਾਰਤ ਦਾ ਸਿੱਖ ਅੱਜ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ, ਆਪਣੇ ਹੱਕਾਂ ਲਈ ਬਿਲਕੁਲ ਜਾਂਬਾਜ਼ ਹੈ। ਔਰ ਸਿੱਖਾਂ ਦੀ ਮੈਂ ਵੇਖਿਆ ਭਾਰਤ ਵਿੱਚ ਬਹੁਤ ਇਸ ਵੇਲੇ ਇੱਜ਼ਤ ਹੈ। ਔਰ ਮੈਂ ਪੂਰੇ ਭਾਰਤ ਵਿੱਚ ਘੁੰਮ ਰਿਹਾ ਔਰ ਮੈਂ ਵੇਖ ਰਿਹਾ ਕਿ ਸਿੱਖ ਜਿੱਥੇ ਵੀ ਨੇ ਚੜ੍ਹਦੀ ਕਲਾ 'ਚ ਨੇ। ਔਰ ਇਹੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਸਾਹਮਣੇ ਸਟਰੋਂਗ ਲੀਡਰਸ਼ਿਪ ਉਭਰ ਕੇ ਆਏ। ਮੈਂ ਸਮਝਦਾ ਸਾਡੇ ਯੂਥ ਨੂੰ ਇੱਕ ਲੀਡਰ ਦੀ ਘਾਟ ਹੈ ਪੰਜਾਬ ਵਿੱਚ, ਕੋਈ ਸਟਰੋਂਗ ਲੀਡਰਸ਼ਿਪ ਆਏ, ਕਿਉਂਕਿ ਲੀਡਰਸ਼ਿਪ ਦੇ ਐਬਸੈਂਸ ਵਿੱਚ ਉਹ ਜੋ ਵੀ ਕੋਈ ਆਉਂਦਾ ਉਹਨੂੰ ਆਪਣਾ ਲੀਡਰ ਮੰਨ ਲੈਂਦੇ ਨੇ। ਭਾਵੇਂ ਜੇ ਦੀਪ ਸਿੱਧੂ ਆਇਆ ਉਹਨੂੰ ਆਪਣਾ ਲੀਡਰ ਮੰਨ ਲਿਆ, ਜੇ ਹੁਣ ਕੋਈ ਅੰਮ੍ਰਿਤਪਾਲ ਆਇਆ ਉਹਨੂੰ ਆਪਣਾ ਲੀਡਰ ਮੰਨ ਲਿਆ। ਇੱਕ ਸਟਰੋਂਗ ਲੀਡਰ ਦੀ ਸਾਡੇ ਯੂਥ ਨੂੰ ਸੂਝਬੂਝ ਵਾਲੇ, ਪੰਜਾਬ ਦੇ ਦਰਦ ਨੂੰ ਸਮਝਣ ਵਾਲੇ ਇੱਕ ਮੋਡਰੇਟ ਸਟਰੋਂਗ ਲੀਡਰਸ਼ਿਪ ਦੀ ਬਹੁਤ ਸਖਤ ਲੋੜ ਹੈ। ਪੰਜਾਬ ਦੇ ਹੋਰ ਮਿਨਿਸਟਰਸ ਨੂੰ ਵੀ ਮਿਲੋਗੇ ਐਸੇ ਏਜੰਡੇ 'ਤੇ? ਬਿਲਕੁਲ, ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਜਿਸ ਨੂੰ ਮਿਲ ਸਕੀਏ, ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੀਏ, ਸਿੱਖਾਂ ਦੀ ਡਿਵਲਪਮੈਂਟ ਦੀ, ਪੰਜਾਬ ਦੀ ਤਰੱਕੀ ਦੀ ਜਿੱਥੇ ਜਿੱਥੇ ਗੱਲ ਹੋਏਗੀ, ਅਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਪੰਜਾਬ ਵਿੱਚ, ਇਹ ਸਾਰੀਆਂ ਗੱਲਾਂ ਕਰਾਂਗੇ। ਠੀਕ ਹੈ। ਸੋ ਸੰਗਤ ਜੀ, ਸਾਡੇ ਨਾਲ ਸਿੱਖਾਂ ਦੇ ਨਾਲ ਜੇ ਕੋਈ ਮਸਲਾ ਹੁੰਦਾ ਪੰਜਾਬ ਦੇ ਵਿੱਚ ਤਾਂ ਉਸ ਵਿਤਕਰੇ ਨੂੰ ਲੈ ਕੇ ਸਿੱਖ ਡਾਇਸਪੋਰਾ ਵੀ ਜੋ ਹੈ ਚਿੰਤਾ ਕਰਦਾ ਹੈਗਾ। ਸੋ ਉਹ ਚਿੰਤਾ ਹੀ ਜਿਹੜੀ ਹੈ ਉਹਨਾਂ ਨੂੰ ਪੰਜਾਬ ਵੱਲ ਵਾਪਸ ਖਿੱਚ ਕੇ ਲਿਆਉਂਦੀ ਹੈ। ਸਾਡੇ ਨਾਲ ਜਸਦੀਪ ਸਿੰਘ ਜੱਸੀ, ਸਿੱਖਸ ਆਫ ਅਮੈਰੀਕਾ ਦੇ ਜਿਹੜੇ ਚੇਅਰਮੈਨ ਨੇ ਇੱਥੇ ਮੌਜੂਦ ਨੇ, ਕਹਿੰਦੇ ਸਰਕਾਰ ਨਾਲ ਕਿਸਾਨੀ ਮੁੱਦੇ ਨੂੰ ਹੱਲ ਕਰਾਉਣ ਵਾਸਤੇ, ਹੋਰ ਜਿਹੜਾ ਹੈ ਇੱਕ ਮਾਈਗ੍ਰੇਸ਼ਨ ਜਿਹੜਾ ਹੋ ਰਿਹਾ ਪੰਜਾਬੀਆਂ ਦਾ ਉਸ ਨੂੰ ਕਿਸ ਤਰੀਕੇ ਰੋਕਿਆ ਜਾ ਸਕੇ, ਉਸ ਵਾਸਤੇ ਉੱਪਰ ਉਹ ਕੰਮ ਕਰਨ ਵਾਸਤੇ ਇੱਥੇ ਆਏ ਹੈ। ਪੰਜਾਬ ਦੀ ਇੰਡਸਟਰੀਅਲ ਗਰੋਥ ਕਿਸ ਤਰੀਕੇ ਵੱਧ ਸਕੇ, ਸੋ ਸਾਰੀ ਅਪਡੇਟ ਨਾਲ ਅਸੀਂ ਤੁਹਾਨੂੰ ਜੋੜੇ, ਉਹਨਾਂ ਦੇ ਵਿਚਾਰ ਅਸੀਂ ਤੁਹਾਡੇ ਤੱਕ ਪਹੁੰਚਾਏ ਹੈਗੇ ਆ। ਤੁਸੀਂ ਕਮੈਂਟਸ ਕਰਕੇ ਆਪਣੇ ਵਿਚਾਰ ਜੋ ਹੈ ਤੁਸੀਂ ਲਿੰਕ ਦੇ ਵਿੱਚ ਦੇ ਸਕਦੇ ਹੈਗੇ ਹੋ। ਇਸੇ ਤਰੀਕੇ ਤੁਹਾਨੂੰ ਸਾਰੀ ਅਪਡੇਟ ਨਾਲ ਜੋੜਦੇ ਰਹਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।